ਆਹੀ ਅਮਲਨ ਸੀਰਤਨ ਸੂਰਤਨ ਇਮਾਮ ਜ਼ਮਾਨਾ ਦੀ ਜ਼ਿਆਰਤ ਦੇ ਕਾਬਿਲ ਬਣਾ ਆਮੀਨ। ਇਸ ਮਜਲਿਸੇ ਆਜ਼ਾਦ ਸਵਾਬ ਬਤੁਫੈਲ ਚਹਾਰ ਦਾ ਮਾਸੂਮੀਨ ਬਾਣੀ ਮਜਲਿਸ ਦੇ ਮਰਹੂਮੀਨ ਦੇ ਰੂਹ ਫੁਰਫਤੂ ਨੂੰ ਅਤਾ ਫਰਮਾ। ਯਾ ਰੱਬ ਮੁਹੰਮਦ ਇਨਵਾ ਆਲ ਮੁਹੰਮਦ ਸੱਲੇ ਅਲਾ ਮੁਹੰਮਦ ਇਨਵਾ ਆਲ ਮੁਹੰਮਦ ਵਾ ਅਜਿਲ ਫਰਜਾ ਆਲ ਮੁਹੰਮਦ। ਬਾਰਵੇਂ ਆਕਾ ਦੀ ਆਮਦ ਓ ਸਲਾਮਤੀ ਦੀ ਖਾਤਿਰ ਬੁਲੰਦ ਸਲਵਾਤ। ਆਪਣੇ ਆਪਣੇ ਸ਼ਰਈ ਹਾਜਾਤ ਦੀ ਤਕਮੀਲ ਵਾਸਤੇ ਫਿਰ ਵੀ ਸਲਵਾਤ। أعوذ بالله من الشيطان الرجيم بسم الله الرحمن الرحيم السلام ਕਰਕੇ ਮੈਂ ਬੇਸ ਕੰਮ ਦੇ ਕਈ ਸਲਵਾਤ ਨਹੀਂ ਫੜਦੇ, ਸਾਰੇ ਸਲਵਾਤ ਪੜੋ। ਸਾਹਿਬ اسمه مقدس المنور المرفوع الملقوش فالله والقلم احمد المصطفى ملك الصلاه والسلام وابن امه علي ابن ابي طالب امير المؤمنين نعره حيدر يا علي مشکل کشا علي بے نوا دا سہارا یا علی حلالی حرامی دی پہچان یا علی نعرہ حیدری یا علی یا علی یا علی مدد زینت المسجد ਤੁਹਾਡੀਆਂ ਅੱਖਾਂ ਵਸ ਪਈਆਂ
ਜਿਵੇਂ ਔਖਾ ਅੱਲਾ ਇਨ ਮੋਮਨਾਂ ਨੂੰ ਇਤਨਾ ਦੇ ਉਹ ਜਾ ਦੇ ਖਾਵੇ ਜਿੱਥਾ ਅੱਜ ਮੁਹੰਮਦ ਦੀ ਕੈਦ ਇਹ ਮੇਰੀ ਜ਼ਾਕਰੀ ਨਹੀਂ ਇਹ ਤੁਸਾਂ ਲੋਕਾਂ ਦੇ ਦਿਲ ਦਾ ਦਰਦ ਹੈ ਇੱਦਾਂ ਕੋਈ ਤਮਾਸ਼ਾ ਹੀ ਨਹੀਂ ਹੈ ਤਾਂ ਅੱਲਾ ਇੱਜ਼ਤ ਦਿੱਤੀ ਹੈ ਜਿਹੜੇ ਉਮਤ ਨੂੰ ਖਰੀਦੇ ਅੱਜ ਕਬਰ ਚ ਰੋ ਕਿਆ ਦੀਏ ਨਹੀਂ ਭੁੱਲਦਾ ਤੈਨਾਂ ਭਜਦੇ ਮੋੜੇ ਤੂੰ ਲਹੇ ਵਾਲਾ ਇਹਦਾ ਸੋਹਣਾ ਰੋਵਣ ਵਾਲਾ ਜੀਵਨ ਲੋਕਾਂ ਨੇ ਹਜ਼ਾਰ ਬਿਸਮਿਲਾ ਕਰਾ ਜੀ ਬਿਸਮਿਲਾ ਕਰਾ ਤੌਸੇ ਇੱਕ ਮੈਂ ਪੜ੍ਹਨਾ ਚਾਹੁੰਦਾ ਜਿਹੜੇ ਉਮਤ ਨੂੰ ਖਰੀਦੇ ਅਸਲਾਮ ਸਲਾਮ ਅਲਾ ਸਈਏ ਦਾ ਦਿਲ ਜਲੀਲ ਦਿਲ ਮਖਦੂਮ ਦਿਲ ਮਜ਼ਲੂਮ ਦਿਲ ਮਹਿਰੂਮ ਦਿਲ ਅਲਮੀਰਾ ਸਿਬੀਆਂ ਮਿੰਬਰੀ ਬਾਬੇ ਦਾ ਬਿਸਮਿਲਾ ਕਰਾਂ ਇੱਕ ਮਿੰਟ ਪੜ੍ਹਨਾ ਚਾਹੁੰਦਾ ਅੱਸੀ ਰਕੂ ਕੀਤਸ ਅੱਸੀ ਰਕੂ ਵੈ ਇਮਰਾਨ ਜ਼ਿੰਦਗੀ ਹੋਵੇ ਇਹਨਾਂ ਮੋਮਨਾਂ ਦੀ ਜ਼ਿੰਦਗੀ ਹੋਵੇ ਕਿੱਥਾਂ ਰਕੂ ਕੀਤਸ ਅਲਮਾਲ ਦੀ ਲਾਸ਼ ਤੇ ਆਏ ਅੱਬਾ ਦੇ ਹੱਥਾਂ ਕੋਈ ਨਾ ਅੱਬਾਸ ਰੁਖਸਾਰ ਬਤੂਲ ਦੇ ਪੁੱਤਰ ਦੇ ਕਦਮ ਤੇ ਰੱਖੇ ਤੇ ਰੋਕਿਆ ਦਾ ਮੇਰੀ ਲਾਸ਼ ਨਾਚਾ ਮੈਂ ਅਕਬਰ ਨਹੀਂ ਤੇ ਅੱਬਾਸ ਲੈ ਸਾਰੇ ਰੋਂਦੇ ਪਏ ਸਾਰੇ ਵਾਇਰ ਕਰੋ ਜੀ ਬਿਸਮਿਲਾ ਕਰ ਜ਼ਿੰਦਗੀ ਦਾ ਰਾਜ਼ ਹੋ ਜੀ ਮੈਂ ਨੌ ਕਰਾਂ ਬਿਸਮਿਲਾ ਕਰਾਂ ਜੀ ਮੈਂ ਨੌ ਕਰਾਂ ਜੀ ਬਿਸਮਿਲਾ ਕਰਾਂ ਜ਼ਿੰਦਗੀ ਦਾ ਰਾਜ਼ ਹੋ ਮੈਂ ਹਜ਼ਾਰ ਦਫ਼ਾ ਆਖਾਂ ਬਿਸਮਿਲਾ ਕਰਾਂ ਜਿਹੜੇ ਹੱਥ ਮੇਰੇ ਬਜ਼ੁਰਗ ਵੀਰ ਬੱਦੀ ਵਿੱਚ ਖੋਲ ਲਿਓ ਜੀ ਮੈਂ ਨੌ ਕਰਾਂ ਗੈਰਤਮੰਦ ਬੱਚੇ ਬਿਠਾ ਦਿਓ ਕਿਹੜੀਆਂ ਲਤਾ ਅੱਬਾਸ ਹੱਥਾਂ ਕੋਈ ਨਾ ਫਿਰਾ ਦੇ ਕਦਮ ਅੱਬਾਸ ਰੁਖਸਾਰ ਰੱਖਿਆ ਦੇ ਮੇਰੀ ਲਾਸ਼ ਨਾ ਜਾ ਮੈਂ ਅਕਬਰ ਨਹੀਂ ਤੇ ਅੱਬਾਸ ਲੈ ਅਕਬਰ ਔਖੀ ਸਤਾਰਿਆ ਦੇ ਮਜਬੂਰੀਆਂ ਤੇਰੇ ਗੱਲ ਵਿੱਚ ਅਕਬਰ ਬਾਈ ਪਾਈਆਂ ਤੇ ਤੇਰਾ ਸਾਥ ਪੁੱਤਰ ਨਿਭਾਇਆ ਮੇਰੀ ਮਜਬੂਰੀ ਓ ਮੇਰੇ ਹੱਥ ਕੋਈ ਨਹੀਂ ਤੂੰ ਥਕਾਇਆ ਚੱਲ
بلا تراجی میں نو کر آدھائے میری لاش ناچا میں اکبر نہیں تے عباس نے رولوایا میں دے دریاں تجا ڈیگ کے دلیاں آئی اوکھا اکبر تے گل وچ اکبر بائی بائیاں تے تڑا سات پتار نبھایا مری ہے چٹی داڑی بزرگ نادن واتا کھا تے گل وچ اکبر بائی بائیاں سادا پتار نبھایا مری مجبوری میرے ہاتھ کو نہیں توں تھکا چن مری ہے مجبوری مری مجبوری میرے ہاتھ کوئی نہیں تو تھکا چن کیا بات ہے. اچھا اچھا دارے جی بسم اللہ کرا دو بزرگ نے کو سامنے بیٹھے نے کتا دن واتا کھا دے گل وچ اکبر بائی بائی تہاڈا سات پتار نبھایا میری مجبوری میرے ہاتھ کوئی نہیں توں تھکا چن میرے ہاتھ کوئی نہیں توں تھکا چن تری دل چوہان بیان دی جگر چ تارے گل اکبر بائی بائی آس ظاہر کی پتر سات نبھایا میری مجبوری میرے ہاتھ کو توں تھکا چن چار سطر تے غور تے کرنا جڑے حیران بیٹھے رو کے دن میری لاش نہ جا میں اکبر تے عباس نے رولوایا میں دے دریا تجا آئی اوکھا اکبر چایا دے میری ہے مجبوری میرے ہاتھ کوئی نہیں تیرا ساتا پتار نبھایا میری لاش نہ جا او مراج نہ تھی میں ہے
ਥਕਾ ਹੈ ਚੰਨ ਦੁਖੀ ਹੈ। ਇਹ ਉਹ ਵਹਿਣੇ ਮੈਂ ਜਿੱਥੇ ਹੀ ਪੜ੍ਹਿਆ, ਇਹ ਵਹਿਣ ਲਾ ਤਾਦਾਦ ਮਰਤਬਾ ਪੜ੍ਹਮ ਤੌਸੇ ਦੀ ਸਰਜ਼ਮੀਨ ਹੈ, ਇੱਜ਼ਤ ਵਾਲੇ ਲੋਕ ਬੈਠੇ ਹੋ, ਬਾਅਦ ਹੀ ਸਮਝੋ ਮੈਂ ਆਪ ਪੜ੍ਹਨਾ ਅਤੇ ਇੱਥੇ ਹੀ ਮੈਂ ਬਾਣੀ ਦੀ ਹੈਸੀਅਤ 'ਚ ਇਹ ਵੱਲਾ ਪਿਆਰ ਕਰਦੇ ਨੇ, ਮੁਹੱਬਤ ਕਰਦੇ ਨੇ, ਤੁਹਾਡਾ ਸਾਡਾ ਵੱਡਾ ਰਿਸ਼ਤਾ ਹੀ। ਬਾਈ ਮੈਂ ਕਸੀਦੇ ਖਾਨ ਜ਼ਾਕਿਰ ਨਹੀਂ, ਬੇਸ ਕੰਮ ਕਰ, ਆਵਾਜ਼ ਕੋ ਵਧਾਇਆ ਘਟਾਇਆ ਨਾ ਕਰ, ਇਹ ਸੋਜੀ ਜ਼ਾਕਿਰ ਬਾਰੇ ਆਵਾਜ਼ ਵਧੈਂਦੀ ਘਟੈਂਦੀ ਹੈ, ਕੋਸ਼ਿਸ਼ ਕੀਤੀ ਕਰੋ, ਜਾਣਨ ਵਾਲਾ ਆਉਂਦਾ ਕਰੋ ਜਿਹਨੂੰ ਪਤਾ ਹੋਵੇ ਸੋਜੀ ਕਿਸ ਤਰੀਕੇ ਆਵਾਜ਼ ਮੰਗਣੀ ਹੈ, ਨਸਰੀ ਕਿਸ ਤਰੀਕੇ। ਇਹਦਾ ਜੋ ਖੂਬਸੂਰਤ ਪ੍ਰੋਗਰਾਮ ਕਰਦੇ ਹੋ ਲੇਕਿਨ ਤਜਰਬਾ ਕੋਈ ਨਹੀਂ, ਆਪਰੇਟਰ ਠੀਕ ਨਹੀਂ, ਸਾਦਾਤ ਵਗੈਰੇ ਸਾਦਾਤ, ਇੱਕ ਲੁਖੀ ਵਹਿਣ ਕਰਨਾ ਚਾਹੁੰਦਾ। ਇਹ ਮੇਰੇ ਤਰਨਮ ਦਾ ਨਾਂ ਜ਼ਾਕਰੀ ਨਹੀਂ, ਇਹ ਤੁਹਾਡੇ ਦਿਲ ਦਾ ਦਰਦ ਹੈ, ਕਿਉਂਕਿ ਤੁਹਾਡੇ ਦਿਲ ਵਿੱਚ ਕਬਰ ਇਮਾਮ ਹੁਸੈਨ ਨੇ। ਆਓ ਪਹਿਲਾ ਲਫ਼ਜ਼ ਆਖਣਾ ਚਾਹੁੰਦਾ, ਸ਼ਾਇਦ ਕਿਤਨੇ ਬੰਦੇ ਹੀ ਸਤਰ ਕੇ ਰੋਸ਼ਨ, ਕਿਤਨੇ ਨਾ ਰੋਸ਼ਨ। ਕੋਸ਼ਿਸ਼ ਕਰ ਸਾਂ ਜੋ ਮੈਂ ਇਹ ਮਾਲਕਾਂ ਦੇ ਦਰਬਾਰ 'ਚ ਲਫ਼ਜ਼ ਤੁਹਾਡੇ ਤੱਕ ਪਹੁੰਚਾਈ। ਤ੍ਰੈ ਸ਼ਹੀਦ, ਗੌਰ ਕਰੀ ਲਫ਼ਜ਼ਾਂ 'ਤੇ ਭਾਈ ਕਾਲ ਖਾਨ, ਇਸ ਸਤਰ 'ਤੇ ਹਰ ਮੂਮੈਂਟ ਦੀ ਢਾਰ ਨਿਕਲ ਸੀ। ਤ੍ਰੈ ਨੌਜਵਾਨ ਵੀਰੋ, ਤ੍ਰੈ ਸ਼ਹੀਦ ਜਿਹੜੇ ਇਹਦੇ ਔਖੇ ਦਫ਼ਨ ਠਹਿਰ, ਜਿਨ੍ਹਾਂ ਨੂੰ ਦਫ਼ਨ ਕਰਨ ਅਤੇ ਦਫ਼ਨ ਕਰਨ ਵਾਲੇ ਥੱਕ ਪਏ, ਪਹਿਲਾ ਸ਼ਹੀਦ ਹਜ਼ਰਤ ਅਮੀਰ ਮੁਸਲਿਮ, ਇਨਸ਼ਾਅੱਲਾ 14 ਹੀ ਮੈਂ ਪੜ੍ਹਨਾ ਫਰਵਰੀ ਨੂੰ, 11 ਤੋਂ 12 ਅੱਲਾ ਸ਼ਿਫਾ ਦੇਵੇ ਸਜਾਦ ਖਾਨ ਸਾਹਿਬ ਨੂੰ, ਮੌਲਾ ਦੇ ਮੱਦਾ ਤੁਹਾਡੇ ਬਿਮਾਰਾਂ ਨੇ ਮਾਲਕ ਸ਼ਿਫਾ ਦੇਵੇ, ਔਰ ਇਨਸ਼ਾਅੱਲਾ 5 ਜੁਲਾਈ ਨੂੰ ਸੈਯਦ ਗੁਲ ਮੁਹੰਮਦ ਸ਼ਾਹ, ਪਿਛਲੀ ਦਫ਼ਾ ਮੈਂ ਨਾਮ ਆ ਸਕਿਆ, ਮੇਰੀ ਮਜਬੂਰੀ ਆਈ ਜੋ ਤਾਰੀਖ ਇਲੈਕਸ਼ਨ ਦੀ ਵਜ੍ਹਾ ਤਬਦੀਲ ਥਈ ਗਈ ਹੈ, ਇਸ ਦਫ਼ਾ ਇਨਸ਼ਾਅੱਲਾ ਹਰ ਹਾਲ ਮੈਂ ਡਿਊਟੀ ਦੇ ਸਾਂ। ਸ਼ਾਦਾਤ ਮੋਮਿਨੀ, ਪਹਿਲਾ ਸ਼ਹੀਦ ਹਜ਼ਰਤ ਅਮੀਰ ਮੁਸਲਿਮ, ਕਿਬਲਾ ਜਿਹਨੂੰ ਦਫ਼ਨ ਕਰਨ ਵਾਲੇ ਦਫ਼ਨ ਕਰਨ ਦੇ ਵੇਲੇ ਥੱਕ ਪਏ, ਇਹਦਾ ਵੱਡਾ ਇਤਮਾਹ, ਸਵਾਲ ਕਰੋ ਕਿਉਂ ਥੱਕ ਪਏ। ਪਰਦੇ ਚਬਾਉਣ ਵਾਲੀਆਂ ਮੇਰੀਆਂ ਮਾਵਾਂ ਬਹਿਣਾ, ਇਹਨਾਂ ਦੀ ਹਾਏ ਨਾ ਨਿਕਲੇ ਤਾਂ ਤੁਹਾਡੀ ਹਾਏ ਨਿਕਲਣੀ ਚਾਹੀਦੀ ਹੈ। ਗੈਰਤਮੰਦੋਂ, ਅਮੀਰ ਮੁਸਲਿਮ ਦੀ ਲਾਸ਼ ਬਾਜ਼ਾਰਾਂ 'ਚ ਫਿਰਾਈ, ਬਾਜ਼ਾਰਾਂ 'ਚ ਬੋਲੋ ਫਿਰਾਈ, ਰਾਤ ਦਾ ਵਕਤ ਦੋ ਬੀਬੀਆਂ, ਨੌਜਵਾਨ ਵੀਰੋ ਤੁਹਾਡੀ ਮੁਹੱਬਤ, ਤੁਹਾਡਾ ਬਹਿ ਬੰਨਣਾ ਹੀ ਹੈ, ਤੁਹਾਡਾ ਜ਼ੌਕ ਪੈ ਦੱਸਿਆ ਤਾਂ ਤੁਸੀਂ ਸੁਣਨ ਵਾਸਤੇ ਬੈਠੇ, ਨਾ ਬੈਠੇ ਹੁੰਦੇ ਤਾਂ ਘਰ ਲੱਗੇ ਬਹਿੰਦੇ, ਲੇਕਿਨ ਮੈਂ ਆਹਨਾਂ ਜੋ ਹਰ ਅੱਖ ਵਸ ਪਵੇ, ਠੇਸ ਪਹੁੰਚਦੀ ਹੈ ਜੋ ਚੋਟ ਲੱਗੇ ਤਾਂ ਅੱਖ ਵਸਦੀ ਹੈ। ਗੈਰਤਮੰਦੋਂ, ਅਮੀਰ ਮੁਸਲਿਮ, ਮੀਂਹ ਸਮੇਂ ਤਮਾਰ ਦੀ ਧੀ ਡਿੱਠਾ ਆਖਾਂ ਲਫ਼ਜ਼, ਤੁਸੀਂ ਸਾਰੇ ਮੋਮਨਾਂ ਦੀ ਇਜਾਜ਼ਤ ਹੈ ਸਾਰ ਹਲਾਓ ਪੜ੍ਹਾਂ, ਇਹ ਅਲਮੇ ਅੱਬਾਸ ਹੈ, ਸਾਦਾਤ ਵਗੈਰੇ ਸਾਦਾਤ, ਹੱਥ ਰੱਖ ਕੇ ਅਖਮ, ਇਹ ਬਾਜ਼ਾਰ 'ਚ ਢੀ ਦੇ ਕੇ ਵਾਪਸ ਵੱਲੀਏ, ਮਾਂ ਦੀ ਰੋਂਦੀ ਕਿਉਂ ਆਦੀ, ਅੰਮਾ ਜਿਹਨੂੰ ਬਾਜ਼ਾਰ 'ਚ ਫਿਰਾਇਆ ਨੇ ਉਹਦੀ ਲਾਸ਼ ਦੇ ਕੁਛ ਹਿੱਸੇ ਮੈਂ ਦੇਖੇ, ਹਾਏ ਕਰੀ ਤੇਰੇ ਮਜ਼ਹਬ 'ਚ ਮਾਤਮ ਜੈਜ਼ੇ, ਉਹਦੇ ਕੁਛ ਹਿੱਸੇ ਬਾਈ ਯਾਰ ਤੁਹਾਡੀਆਂ, ਯਕੀਨ ਕਰੋ ਮੇਰਾ 20 ਸਾਲ ਦਾ ਤਜਰਬਾ ਹੈ, ਚਿਹਰਾ ਰੋਂਦਾ ਸੋਹਣਾ ਹੀ ਬਤੂਲ ਦੇ ਪੁੱਤਰ ਦੇ ਦੁੱਖ, ਅਮੀਰ ਮੁਸਲਿਮ ਦੀਆਂ ਨੀਆਂ ਕੁਛ ਹਿੱਸੇ, ਇਹਨਾਂ ਅਮੀਰ ਮੁਸਲਿਮ ਦੀ ਰਾਤ ਦੇ ਵਕਤ ਇਹਨਾਂ ਲਾਸ਼ ਦੇ ਹਿੱਸੇ ਇਕੱਠੇ ਕੀਤੇ ਤੇ ਦਫ਼ਨ ਕਰਕੇ ਆ ਦੇਣ, ਕਿਹੜਾ ਵੱਡਾ ਗਰੀਬ ਹੈ, ਤੈਨੂੰ ਦਫ਼ਨ ਔਰਤਾਂ ਵਧੀਆ ਕਰਦੀਆਂ, ਪਹਿਲਾ ਸ਼ਹੀਦ ਅਮੀਰ ਮੁਸਲਿਮ।
ਇੱਥੇ ਪਿਓ ਹੈ ਨਾ ਤੇ ਇੱਥੇ ਧੀ ਬੈਠੀ ਬੋਲੋ ਧੀਆਂ ਔਖਾਂ ਵੇਲਾ ਆਵੇ ਇੱਕ ਹੋਜ ਆਉਂਦੀ ਯਕੀਨ ਕਰੋ ਮੈਂ ਤਾਂ ਉਸ ਢੇਰ ਮਰਤਬਾ ਆਇਆ ਲੇਕਿਨ ਜਿਵੇਂ ਅੱਜ ਤੁਹਾਡਾ ਮਾਹੌਲ ਆਈ ਨਾ ਅਤੇ ਮੇਰਾ ਦਿਲ ਕਰਦਾ ਜੇ ਮੈਂ ਸੱਤਰ ਆਖਾਂ ਮੈਂ ਪੂਰੀ ਸ਼ਹਾਦਤ ਨਹੀਂ ਪੜ੍ਹਦਾ ਅਗਰ ਪੜ੍ਹਾਂ ਤਾਂ ਮਗਰਬ ਤੱਕ ਖੜ੍ਹਾ ਗੈਰਤ ਮੰਨੋ ਪਹਿਲਾ ਸ਼ਹੀਦ ਧੀਆਂ ਕੋਂ ਦੀ ਆਸ ਹਜ਼ਰਤ ਅਮੀਰ ਮੁਸਲਿਮ ਦੀਆਂ ਧੀਆਂ ਧੀ ਨਹੀਂ ਮੈਂ ਸਿਰਫ ਧੀਆਂ ਆ ਰਹੀਆਂ ਰਹੀਆਂ ਖਾਨ ਜੀ ਕਰਬਲਾ ਤ੍ਰੈ ਮੁਹੱਰਮ ਜਾਂ ਦੂ ਮੁਹੱਰਮ ਤੱਕ ਬਾਬਾ ਵਨ ਅਲੀ ਦੀਆਂ ਧੀਆਂ ਔਖੀਆਂ ਆਏ ਗੈਰਤਮੰਦੋਂ ਜਦਾਂ ਕਰਬਲਾ ਦਾ ਮੁਹੱਰਮ ਦੀ ਰਾਤ ਦਮੀ ਨਾ ਤੇ ਦੀਂ ਕੀਤਾ ਮੌਤ ਦਾ ਬਾਜ਼ਾਰ ਗਰਮ ਤੇ ਅਲੀ ਅਕਬਰ ਜਣੇ ਵਤਕੂਫੇ ਦੇ ਮੂੰਹ ਕਰਕੇ ਦੀਆਂ ਹੁਣ ਭਾਵੇਂ ਨਾ ਪਿਆਵੇਂ ਅਕਬਰ ਦੇ ਬਾਦ ਇਹ ਦੁਨੀਆ ਤੇ ਯਾਰ ਕੰਮ ਕਰ ਗੂੰਜ ਮੈਂ ਨਹੀਂ ਸੁਣਨੀ ਮੋਮਨਾ ਸੁਣਨੀ ਆਉਂਦੀ ਹੈ ਥੋੜ੍ਹੀ ਗੂੰਜ ਕੰਮ ਕਰ ਗੈਰਤਮੰਦਾਂ ਅਮੀਰ ਮੁਸਲਿਮ ਦੀ ਧੀ ਇੱਕ ਬਚ ਗਈ ਅੱਗੇ ਲੂ ਆਖੀ ਇੱਕ ਬਚ ਗਈ ਇੱਕ ਧੀ ਕਰਬਲਾ ਦੀ ਸ਼ਹੀਦ ਗੈਰਤਮੰਦੋਂ ਅਮੀਰ ਮੁਸਲਿਮ ਦੀ ਧੀ ਵਤ ਬਾਬੇ ਕੋ ਨਹੀਂ ਸੜਿਆ ਲਾਸ਼ਾਂ ਧੁੱਪ ਤੇ ਰਹੀਆਂ ਨਹੀਂ ਸੜਿਆ ਬਾਰਾਂ ਨੂੰ ਬਿਨ ਪਲਾਣੇ ਉੱਠਾਂ ਤੇ ਸਵਾਰ ਥੀ ਕੇ ਜਦਾਂ ਕੂਫੇ ਦੇ ਸਦਰ ਦਰਵਾਜ਼ੇ ਤੇ ਪਹੁੰਚੀਏ ਨਾ ਵਕਤ ਦੀ ਹੁਜਤ ਦੇ ਰੁੱਖ ਕਰਕੇ ਆਦੀ ਸਜਾਦ ਤੂੰ ਇਮਾਮ ਇਹ ਪੁੱਛਦੀ ਆ ਇਹ ਸਰ ਕਹਿੰਦਾ ਮੇਰੇ ਇਮਾਮ ਫਰਮਾਇ ਤੇਰੇ ਬਾਬੇ ਦੇ ਵਤ ਬਾਬੇ ਦੇ ਸਰ ਤੋਂ ਡਿੱਠਸ ਪਤਾ ਕਿਹੜਾ ਅਮੀਰ ਬੰਦਾ ਜਾਂਦੀ ਹਾਏ ਨਾ ਨਿਕਲ ਸੀ ਵਤ ਬੀਬੀਆਂ ਤੋਂ ਦੇਖ ਕੇ ਆਦੀ ਨਾਰਾਜ਼ ਨਥੀ ਵਾਏ ਜੇ ਕਰਬਲਾ ਵਾਲੇ ਬੇਕਫਨ ਤਾਂ ਦਫਨ ਮੁਸਲਿਮ ਹੀ ਕੋਈ ਨਹੀਂ ਅਲਮਾਨ ਅਲਮਾਨ ਯੇਰੀ ਸੋਹਣੀ ਹਾਏ ਹੱਥ ਖੋਲ ਲੈ ਜਿਹੜੇ ਬੰਦੀ ਬੈਠੇ ਹੱਥ ਖੋਲੋ ਮੈਂ ਚਾਰ ਵਹਿਣ ਪੜਨਾ ਚਾਹੁੰਦਾ ਦਫਨ ਸਾਡਾ ਬਾਬਾਈ ਕੋਈ ਨਹੀਂ ਗੈਰਤਮੰਦੋ ਅਮੀਰ ਮੁਸਲਿਮ ਦੀ ਧੀ ਇਹ ਪਹਿਲਾ ਸ਼ਹੀਦ ਹਜ਼ਰਤ ਅਮੀਰ ਮੁਸਲਿਮ ਚੁੱਕਿ ਮੈਂ ਕੋਸ਼ਿਸ਼ ਕਰਦਾ ਜਾ ਕੇ ਸਤਰ ਆਖਾਂ ਦੂਸਰਾ ਸ਼ਹੀਦ ਜਿਹਨੂੰ ਦਫਨ ਕਰਨ 'ਤੇ ਵਕਤ ਲੱਗਾ ਕੌਣ ਮਰੀ ਗਿਆ ਬਤੂਲ ਦਾ ਚੰਨ ਲਿਖਾਏ ਭਾਈ ਮਰੀ ਗਿਆ ਬਤੂਲ ਦਾ ਚੰਨ ਤੁਸਾਂ ਜੇ ਆਜ਼ਾਦਾਰਾਂ 'ਚ ਅਗਰ ਮੈਂ ਆਖਾਂ ਤਵੱਜੋ ਤਾਂ ਸਾਦਾਤ ਵਗੈਰੇ ਸਾਦਾਤ ਤੁਸਾਂ ਜੇ ਲੋਕਾਂ ਨੂੰ ਤਵੱਜੋ ਆਖਣਾ ਹੀ ਨਹੀਂ ਚਾਹੀਦਾ ਦੂਸਰਾ ਸ਼ਹੀਦ ਇਮਾਮ ਹੁਸੈਨ ਅਲੈਹਿਸ ਸਲਾਮ ਇਹਨਾਂ ਆਖਿਆ ਘੋੜੇ ਭਜਾਓ ਅੱਛਾ ਸੁਣ ਗਿਣਨਾ ਸਾਈਂ ਪੜ੍ਹ ਗਿਣਨਾ ਸੌਖਾ ਹੁੰਦਾ ਮੇਰੇ ਬਜ਼ੁਰਗ ਪੜ੍ਹਦੇ ਅੰਦਰ ਜਾਤ ਬੁਲੰਦ ਹੁੰਦੇ ਸੈਯਦ ਯਕੀਨਨ ਮੇਰੀ ਮਜਲਿਸ ਵਿੱਚ ਬੈਠੇ ਸਾਦਾਤ ਮਾਫ਼ੀ ਮੰਗ ਕੇ ਲਫ਼ਜ਼ ਆਖਣਾ ਚਾਹੁੰਦਾ ਇਹਨਾਂ ਘੋੜਿਆਂ ਨੂੰ ਲਾਈਆਂ ਨਾਲਾਂ ਘੋੜਿਆਂ ਨੂੰ ਨਾਲ ਲਾਈਆਂ ਨਾਲ ਆਉਂਦੀਆਂ ਨੂੰ ਲੂਹੇ ਦੀ ਇਹਨਾਂ ਆਖਿਆ ਘੋੜੇ ਬਜਾਓ ਇਡੂ ਖੜ ਗਏ ਘੋੜੇ ਇੱਥੇ ਐਨ ਗਰੀਬਾਂ ਦੀਆਂ ਲਾਸ਼ਾਂ ਤਾਰੀਖ ਵਿੱਚ ਪੜੋ ਉਮਰ ਇਬਨ ਸਾਦ ਹਰਾਮੀ ਆਖਿਆ ਬੇਸ਼ੱਕ ਕੌਣ ਹੈ ਜਿਹੜਾ ਘੋੜੇ ਭਜਾਏ ਦਹ ਬੇਗੈਰਤ ਨਿਕਲੇ ਕਿਤਨੇ ਦਹ ਹਰਾਮੀ ਇਹਨਾਂ ਆਖਿਆ ਅਸਾਂ ਘੋੜੇ ਭਜਾਉਂਦੇ ਇਹਨਾਂ ਨੂੰ ਦੇਖ ਕੇ ਦਾ ਹੋਰ ਤੁਰੇ 20 ਹਰਾਮੀ ਇਕੱਠੇ ਥੇ ਇਹਨਾਂ ਦੀ ਫੌਜ ਚੋਂ ਕੁਛ ਬੰਦੇ ਬਾਹਰ ਨਿਕਲਣ ਆਖੇ ਕਿਆ ਕਰਨਾ ਉਹਨਾਂ ਆਖੇ ਘੋੜੇ ਵਜਾਵਣੇ
انہاں آکھے کہندیاں لاشاں تے انہاں آکھے کٹھے ہویاں دیاں لاشاں چجر دے انہاں آکھے نا چڈی داڑی والے بزرگوں انہاں کٹھے ہویاں دیاں لاشاں تے انہاں نگاہ ماری انہاں آکھے ایتھے سارے شہدا ستے ہوئے انہاں آکھے اسا گھوڑے نہ بجن دے آئے انہاں آکھے آخر تہاڈی کیا سوچ کیوں نہیں بجن دے تساں سارے نال ہو حمایت حسین دی انہاں آکھے نہیں او سامنے حبیب ستا ہے اسا حبیب دی لاش تے گھوڑے نہ بھجن دے سو انہاں آکھے اے ہائی تو حسین دے رلے ایک کمینے کمینے ڈاکیا دن تن شرم نہیں آتا تسا حبیب نو حسین مانگے قریب سمجھے دل آخی تا ہائے کر چھوڑے تیرے مذہب وچ ماتم جائزے میں شیعہ نے علی وچ کھڑا پڑنا بسم اللہ کر انہاں آکھے تسا امام حسین مانگو جوانی مارو بسم اللہ کر یہ حبیب نو قریب سمجھے انہاں آکھے تے چاہ لو حبیب دی لاش پھر دوسرا انہاں آکھے ہون بھجاؤ کچھ لوگ گائے انہاں آکھے حبیب دی لاش اگر چوی سنگ دی ہے تو مسلم بن اوس جا نہ پیارا سی زہیر بن قائن نہ پیارا سی پھر لاشاں چاؤ انہاں آکھے چلو انہاں لاشاں تے گھوڑے نہ بھجاؤ صرف ہاشمیاں دی لاش کچھ ایسے لوگ ہیں جڑے کلاویہ خاندان دے دشمن دے پاسے انہاں آکھے خبردار بئیاں لاشاں تے بھجاؤ اگے بھجا چکے ہو ہن گھوڑے نہیں بھجاونے عباس دی ماں سارے خاندان چوں ہے انہاں آکھے اچھا نہ بھجیں دے بنو سکیف دے لوگ انہاں آکھے خبردار جی عباس نو پناہ مل سکدی ہے تو پھر علی اکبر ہی ستا ہوئے کوشش کرائے ہائے نکل ونجے علی اکبر دی لاش نہ کہ چا گنو غیرت مند ساریاں لاشاں چوی گئیاں ایک لاش بچ گئی اے گھوڑے ٹڑے تو سے آلیو کتنے مومن ہائے کرے سن اگے روکن والا کوئی نہ ایندو گھوڑے ٹڑے ایندو حسین کروٹ بدلی اصغر نو سینے تلے لے کے آدن نہ کوئی تیرا رہ گئی ہے ماتم کر تیرے مذہب وچ جائے گے تو سے آلے ہو مقائدہ پیا جدا تیرا محرم سجا چھلکارا آدھا جنگ نہ کرے میڈیاں پھوپیاں دی پیشی میں لفظ آکھنا چاہنا جے سنے تا بسم اللہ کرا میں نو کرا غیرت مند ہوں سائل دی غربت کی میں پڑا مٹیاں تبائے کرو وڑا لے مومنو پوری شہادت نہیں تیرا محرم سجاد پوچھے میرے امام بابے دا جنازہ ہی پڑھائے لوگ آدھن دفن کر سیاد آدھا ایوے نہیں پہلے بنجو چٹائی لے ہو المانی قسم سجاد بابے دا میر سلامت نائی میرے امام بابے دی نو حصیاں چلاش تقسیم آئی آدھا رنج نو ہے تیرے مزہ بچ مات مجھے دے کوشش کری ہائے کر چھوڑی نہیں ہاتھ کھول دے جڑے بندی بیٹھے دیا دے حسین میں ہاتھ ریکھنا چاہنا جڑا ہاتھ رکھ دے تے مات مستر نہیں اٹھی دے بنی اسا دے لوگ کھڑین میرے امام نو آکھنے قادسیاں لے رستے تے ایک لاش پئیے مولا فرمائے کہندی آدھن مولوں دے بازو نال کوئی نہیں جڑا وین پڑا می
بنی اسد دے لوگ آدن مولا کہندی لاش ہے فرمائے میرے المال چاچی عباس دیئے جھولیاں پھلاؤ جے رومنائی اللہ ہی نہ لوگ ایک دفعہ کر بلا بلا جدہ میں دو ہزار پندرہ چگیا بعد دیگر سلام پیا کر دائم ایک ماں میں لاکھیا تنو دروازہ بھی کھائیں جتے ماں وین کر دی آئی ہوئے شیعہ تے اُدھا ہاتھ نہ اٹھے جتنے ماتمی بیٹھے ہو ہر ماتمی دا ہاتھ اٹھنا چاہی دے میں آیا میں کہ کیڑا دروازہ نہ کھے دروازہ امل بنین میں کہ ماں مدینے رانی ہے نہ کھے نہیں ماں سفر کر کے زواری کریں دی آئی اتنا بے کیا کیا پاس میں کتنے پتران دی ماں لفظ سنے لفظ سنے نہیں مار کھائے نہیں مانے نا یا علی کتنے پتران دی ماں میں کہ اتھا کیوں باندھی آئی جڑے لائر بیٹھے ہو اتھا کیوں باندھی ہو نا کہ اگے پانی ہوند آئی کپر پادی حلاوے کھاوندی آئی علمہ دی قسم میں میں کہ یار کوشش کرو جتنے پیسے لگ دین منو پادی اصلی کپر دکھاؤ انہیں کہ نہیں وہ نڈین دے میں کہ کیوں نا کہ مومن غش کروندن دیوار نال ٹکرا مریندن میں کیا کیوں نہ کیا چونکہ مومن جان دل کیا سارے پیاوہ نہ لوڈا کپری میں جیوے سات سال بچے دی میں کیا چھوٹی کیوں یادن جتنا لپیے